ਹੁਸ਼ਿਆਰਪੁਰ ਦੇ ਐਸਐਚਓ ਨੂੰ ਕੀਤਾ ਲਾਈਨ ਹਾਜ਼ਰ। ਨਸ਼ਿਆਂ ਦੇ ਮਾਮਲੇ ਦੇ ਵਿੱਚ ਕਿਸੇ ਵਿਅਕਤੀ ਨੂੰ ਰੱਖਿਆ ਸੀ ਥਾਣੇ ਛੱਡਣ ਦੀ ਕੀਮਤ ਲਈ 40,000। ਐਸਐਚਓ ਨੇ ਕਿਹਾ ਵੀਡੀਓ ਹੈ 3 ਸਾਲ ਪੁਰਾਣੀ ਜੋ ਕਿ ਨਹੀਂ ਮੇਲ ਖਾਂਦੀ ਬਿਆਨਾਂ ਦੇ ਨਾਲ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਪ੍ਰਸ਼ਾਸਨ ਨੂੰ ਉਸ ਵਕਤ ਭਾਜੜ ਪੈ ਜਾਂਦੀ ਹੈ ਜਦੋਂ ਐਸਐਸਪੀ ਨੇ ਥਾਣਾ ਮਾਹੁਲਪੁਰ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਜੀ ਹਾਂ, ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਲਗਾਤਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੇ ਵਿਰੁੱਧ ਵੱਡੀ ਕਾਰਵਾਈਆਂ ਕਰਨ ਵਾਲੇ ਥਾਣਾ ਮੁਖੀ ਦੀ ਬਦਲੀ ਪਹਿਲਾਂ ਤਾਂ ਲੋਕਾਂ ਦੇ ਗਲੇ ਤੋਂ ਹੇਠਾਂ ਨਹੀਂ ਸੀ ਉਤਰ ਰਹੀ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਥਾਣਾ ਮੁਖੀ 40,000 ਦੀ ਰਿਸ਼ਵਤ ਲੈਂਦੇ ਹੋਏ ਨਜ਼ਰ ਆ ਰਹੇ ਨੇ, ਤਾਂ ਸਭ ਤੋਂ ਪਹਿਲਾਂ ਰੁਕ ਕਰ ਲੈਂਦੇ ਆ ਇਸ ਵਾਇਰਲ ਵੀਡੀਓ ਦੇ ਵੱਲ। ਜਾਂਦਾ ਬੰਦੇ ਕੋਲ ਪੈਸੇ ਹੋਣ, ਪੱਲੇ ਹੈ ਨਹੀਂ ਜਿੰਨੇ ਮਲਾਜ਼ਮ ਨੇ, ਜਦੋਂ ਮੈਂ ਬਾਹਰ ਚੱਲ ਜਾਣਾ ਇਹਨੂੰ ਕਈ ਜਣੇ ਮੰਗਾ ਮੰਗਾ ਇਹਨਾਂ ਨੂੰ ਭੈਣ ਜੋ ਮੈਂ ਫੜ ਕੇ ਪਹਿਲਾਂ ਮੁੜ ਕੇ ਚੁੱਪ ਹੋ ਜਾਂਦੇ ਪੈਂਦੇ ਆ ਯਾਰ। ਪਤਾ ਕੀ ਅਮਰੀ, ਜਾਂਦਾ ਬੰਦੇ ਨੂੰ ਅਫਸੋਸ ਤਾਂ ਇਸੇ ਗੱਲ ਦਾ ਲੱਗਦਾ ਜਦੋਂ ਗੱਲ ਹੋ ਗਈ ਆਪਣੀ ਹੋ ਗਈ ਆਪਣੀ ਹੋ ਗਈ। ਮੈਂ ਇਹਨੂੰ ਕਿਹਾ ਵੀ ਮੈਂ ਕਿਹਾ ਦੇਖ ਅਸੀਂ, ਮੈਂ ਕਿਹਾ ਮੇਰੇ ਕੋਲ ਕੁਦਰਤੀ ਰਾਤੀ ਜੀਜੇ ਕੋਲ ਪੈਸੇ ਪੈ ਸੀ ਰਾਤੀ 40,000, ਹੁਣ ਜੀਜੇ ਕੋਲ ਪੰਦਰਾਂ ਕਹਿੰਦੇ ਮੇਰੇ ਕੋਲ ਤਾਂ ਮੈਂ ਉਸਰ ਦੇਣੇ ਗਿਆ 40,000, ਜੀਜੇ ਕੋਲ ਦੇਣਾ ਉਸਰ ਤਾਂ ਦੇ ਤਾ ਮੈਂ ਵੀ ਮੈਂ ਸਵੇਰੇ ਬਾਕੀ ਦੇ ਦੂੰਗਾ। ਉਹ ਨਹੀਂ ਨਹੀਂ ਭਰਾ ਜੀ, ਉਹ ਨਹੀਂ 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 ਮਹਿਸੂਸ ਨੀ ਹੁੰਦਾ ਜਦੋਂ ਬੰਦੇ ਨੂੰ ਪੈਸੇ ਵੀ ਦਿੰਦੇ, ਬੰਦਾ ਕਹਿੰਦਾ ਯਾਰ ਫੇਰ ਮੈਨੂੰ ਉਹ ਕਹੀ ਜਾਂਦਾ ਪਿਆ ਤੇ ਭੂਸ਼ਣ 100,000 ਮੰਗਾਉਣ ਡਿਆ, ਮੈਂ ਏਦਾਂ ਕਰ ਲਿਆ ਏਦਾਂ ਕਰ ਲਿਆ, ਇਹੀ ਬੰਦਾ ਜਿਹਨੂੰ ਛੱਡਣ ਲੱਗਾ। ਸੋ ਵੀਡੀਓ ਵਿੱਚ ਤੁਸੀਂ ਸਾਫ਼ ਸਾਫ਼ ਵੇਖ ਸਕਦੇ ਹੋ ਥਾਣਾ ਮੁਖੀ ਨੂੰ 40,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਤੇ ਕਿਸੇ ਵਿਅਕਤੀ ਨੂੰ ਹਿਰਾਸਤ 'ਚ ਛੱਡਣ ਦੀ ਗੱਲ ਵੀ ਹੋ ਰਹੀ ਹੈ। ਸੌਦਾ 40,000 ਦੇ ਵਿੱਚ ਹੋਰ ਨਿਬੜਿਆ। ਪੈਸੇ ਦੇਣ ਵਾਲਾ ਵਿਅਕਤੀ ਆਪਣੇ ਬਟੂਏ ਦੇ ਵਿੱਚੋਂ 500 ਦੇ 20 ਨੋਟ ਕੈਮਰੇ ਦੇ ਸਾਹਮਣੇ ਗਿਣ ਕੇ ਥਾਣਾ ਮੁਖੀ ਨੂੰ ਦਿੰਦਾ ਹੋਇਆ ਨਜ਼ਰ ਆ ਰਿਹਾ, ਜਿਸ ਨੂੰ ਲੈਣ ਤੋਂ ਉਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਪੂਰੇ ਪੈਸੇ ਦਿਓ। ਤਾਂ ਇਹ ਸੁਣਿਆ ਜਾ ਸਕਦਾ ਹੈ ਕਿ ਵਿਅਕਤੀ ਮੁੜ 500 ਦੇ 20 ਨੋਟ ਗਿਣ ਕੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੂੰ ਫੜਾਉਂਦਾ ਅਤੇ ਬਾਕੀ ਪੈਸੇ ਕਹਿੰਦਾ ਸਵੇਰੇ ਦੇ ਦੇਵਾਂਗਾ। ਪੈਸੇ ਲੈ ਕੇ ਥਾਣਾ ਮੁਖੀ ਆਪਣੀ ਪੈਂਟ ਦੀ ਪਿਛਲੀ ਜੇਬ ਦੇ ਵਿੱਚ ਰੱਖ ਲੈਂਦਾ ਹੈ ਅਤੇ ਸੂਤਰਾਂ ਦੇ ਮੁਤਾਬਕ ਮੁਖੀ ਬਲਵਿੰਦਰ ਸਿੰਘ ਮੱਲੀ ਨੇ ਰਿਸ਼ਵਤ ਕਿਸੇ ਨੌਜਵਾਨ ਨੂੰ ਨਸ਼ਿਆਂ ਦੇ ਮਾਮਲੇ ਦੇ ਵਿੱਚ ਥਾਣੇ ਰੱਖ ਉਸਨੂੰ ਛੱਡਣ ਬਦਲੇ ਲਈ ਸੀ। ਤਾਂ ਹਾਲਾਂਕਿ ਥਾਣਾ ਮੁਖੀ ਦਾ ਪੱਖ ਵੀ ਸਾਹਮਣੇ ਆਇਆ ਅਤੇ ਉਸਨੇ ਕਿਹਾ ਕਿ ਇਹ ਵੀਡੀਓ 3 ਸਾਲ ਪੁਰਾਣੀ ਹੈ, ਪਰ ਇਸ ਵੀਡੀਓ ਦੇ ਨਾਲ ਉਸਦਾ ਜਿਹੜਾ ਬਿਆਨ ਹੈ ਉਹ ਮੈਚ ਨਹੀਂ ਕਰਦਾ। ਅਤੇ ਜਦਕਿ ਵੀਡੀਓ ਦੇ ਵਿੱਚ ਗੱਲਬਾਤ ਰਾਹੀਂ ਕਿਸੇ ਵਿਅਕਤੀ ਨੂੰ ਛੱਡਣ ਦੀ ਗੱਲਬਾਤ ਦੀ ਜਿਹੜੀ ਹੈ ਸਪਸ਼ਟ ਸੁਣਾਈ ਦੇ ਰਹੀ ਹੈ। ਹੁਸ਼ਿਆਰਪੁਰ ਤੋਂ ਸ਼ਰਮਿੰਦਰ ਸਿੰਘ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।